ਅਨਿਸ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੰਗਲਿਸ਼ ਵੇਵ ਦੇ ਚੈਨਲ ਤੇ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਤੇ ਅੱਜ ਆਪਾਂ ਸਟਾਰਟ ਕਰਾਂਗੇ 11 ਫਰਵਰੀ ਦੇ ਕਰੰਟ ਅਫੇਅਰਸ ਤੋਂ ਬਿਨਾ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਉਤੋਂ ਪਹਿਲਾਂ ਸਾਰੇ ਸੈਸ਼ਨ ਨੂੰ ਪਲੀਜ਼ ਸ਼ੇਅਰ ਕਰ ਦਿਓ ਤਾਂ ਕਿ ਬਾਕੀਆਂ ਦਾ ਵੀ ਬੈਨੀਫਿਟ ਹੋ ਜਾਵੇ ਸੋ ਚਲੋ ਪਹਿਲਾ ਕਰੰਟ ਅਫੇਅਰ ਦੇਖਦੇ ਆਪਾਂ ਗਵਰਨਮੈਂਟ ਆਫ ਇੰਡੀਆ ਐਂਡ ਏਡੀਬ ਸਾਈਨਡ 200 ਮਿਲੀਅਨ ਡਾਲਰ ਲੋਨ ਫਾਰ ਬ੍ਰਹਮਪੁੱਤਰ ਰਿਵਰ ਮੈਨੇਜਮੈਂਟ ਸੋ so, ADB ਐਂਡ ਗਵਰਨਮੈਂਟ ਇੰਡੀਆ ਆਫ ਇੰਡੀਆ ਨੇ ਕੀ ਕੀਤਾ MOU ਕੀਤਾ ਇੱਕ 200 ਮਿਲੀਅਨ ਲੋਨ 200 ਮਿਲੀਅਨ ਡਾਲਰ ਲੋਨ ਦਾ ਜਿਹੜਾ ਐਗਰੀਮੈਂਟ ਕੀਤਾ ਕਾਦੇ ਵਾਸਤੇ ਬ੍ਰਹਮਪੁੱਤਰ ਰਿਵਰ ਮੈਨੇਜਮੈਂਟ ਵਾਸਤੇ ਕੀ ਆਬਜੈਕਟਿਵ ਹੋਣਗੇ ਇਹਨੂੰ ਦੇਖਦੇ ਆ ਪੜ੍ਹਦੇ ਦੇ ਬਾਰੇ ਦ ਏਸ਼ੀਅਨ ਡਿਵੈਲਪਮੈਂਟ ਬੈਂਕ ਐਂਡ ਗਵਰਨਮੈਂਟ ਆਫ ਇੰਡੀਆ ਹੈਵ ਅਗਰੀਡ ਟੂ ਪ੍ਰੋਵਾਈਡ ਅ 200 ਮਿਲੀਅਨ ਲੋਨ टू बॉलस्टर फ्लड एंड रिवर बैंक इरोजन रिस्क मैनेजमेंट मेजर्स अलोंग द 650 किलोमीटर लॉन्ग मेन स्टेम ऑफ द ब्रह्मपुत्र रिवर सिचुएटेड इन द स्टेट ऑफ असम असम ਦੇ ਵਿੱਚ ਜਿਹੜੀ ਬ੍ਰਹਮਪutra ਰਿਵਰ ਹੈ ਇਹਨੂੰ ਜਿੰਨਾ 650 ਮੀਟਰ ਲੌਂਗ ਜਿਹੜਾ ਜਿਹੜਾ ਏਰੀਆ ਪੈਂਦਾ ਹੈ ਦਾ ਉਹਦੇ ਵਿੱਚ ਨਾ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ ਕਿ ਉੱਥੇ ਇੱਕ ਨੈਸ਼ਨਲ ਪਾਰਕ ਪੈਂਦਾ ਉਹਦਾ ਨਾਮ ਹੈਗਾ ਕਾਜ਼ੀ ਰੰਗਾ ਨੈਸ਼ਨਲ ਪਾਰਕ ਕਾਜ਼ੀ ਰੰਗਾ ਨੈਸ਼ਨਲ ਪਾਰਕ ਬਹੁਤ ਵਾਰੀ ਬਹੁਤ ਵਾਰੀ ਨਿਊਜ਼ ਰਹਿੰਦਾ ਹੈ ਕਾਜ਼ੀ ਰੰਗਾ ਨੈਸ਼ਨਲ ਪਾਰਕ ਤੇ ਜਨਰਲੀ ਕੀ ਹੁੰਦਾ ਹੈ ਕਿ ਬ੍ਰਹਮਪੁੱਤਰ ਆ ਦੇ ਵਿੱਚ ਪਾਣੀ ਵਧਨ ਕਰਕੇ ਉੱਥੇ ਹੜ ਆ ਜਾਂਦੇ ਆ ਤੇ ਉੱਥੇ ਬਹੁਤ ਜ਼ਿਆਦਾ ਸੋਇਲ ਏਰੋਜ਼ਨ ਜਿਹੜੇ ਰਿਵਰ ਬੈਂਕ ਏਰੋਜ਼ਨ ਹੈ ਖੁਰ ਜਾਂਦੇ ਆ ਜਿਹੜਾ ਬਹੁਤ ਜ਼ਿਆਦਾ ਖੁਰ ਜਾਂਦਾ ਜਿਹੜਾ ਜਿਹੜੀ ਮਿੱਟੀ ਹੁੰਦੀ ਹੈ ਸੋਇਲ ਹੁੰਦੀ ਹੈ ਤਾਂ ਉਹਨੂੰ ਉਹਦੇ ਬਚਾਅ ਵਾਸਤੇ ਜਿਹੜਾ ਏ 200 ਮਿਲੀਅਨ ਡਾਲਰ ਦਾ ਜਿਹੜਾ ਲੋਨ ਉਠਾਇਆ ਗਿਆ ਹੈ ਏਡੀਪੀ ਤੋਂ ਠੀਕ ਹੈ ਜੀ ਤੇ ਦੇਖ ਲੈਂਦੇ ਆ ਏਡੀਬੀ ਬਾਰੇ ਦੇਖ ਲੈਂਦੇ ਆ ਥੋੜਾ ਜਿਹਾ 1966 ਦੇ ਵਿੱਚ ਐਸਟੈਬਲਿਸ਼ਮੈਂਟ ਹੋਈ ਸੀ ਹੈਡਕੁਆਟਰ ਇਹਦਾ ਹੈਗਾ ਮੰਡਲੀ ਓਂਗ ਮਨੀਲਾ ਦੇ ਵਿੱਚ ਜਗਾ ਇਹ ਫਿਲੀਪੀਨਸ ਦੀ ਜਗਾ ਹੈ ਠੀਕ ਹੈ ਪ੍ਰੈਜ਼ੀਡੈਂਟ ਇਹਦੇ ਹੈਗੇ ਆ ਮਸਤਸੂਗੂ ਅਸਾਕਾਵਾ ਠੀਕ ਹੈ ਜੀ ਚਲੋ ਅੱਗੇ ਚੱਲਦੇ ਆ ਬ੍ਰਹਮਪੁੱਤਰਾਂ ਬਾਰੇ ਥੋੜਾ ਜਿਹਾ ਪੜ੍ਹਦੇ ਆ ਆਪਾਂ ਬ੍ਰਹਮਪੁੱਤਰਾਂ ਦੀ ਜਿਹੜੀ ਮੈਂ ਤੁਹਾਨੂੰ ਥੋੜੀ ਜਿਹੀ ਲੋਕੇਸ਼ਨ ਦਿਖਾਉਣਾ ਦੀ ਕੀ ਹੈ ਐਕਚੁਅਲੀ ਇਹਦਾ ਜਿਹੜਾ ਸੋਰਸ ਹੈ ਉਹ ਕਿੱਥੋਂ ਹੈ ਉਹ ਹੈਗਾ ਚਿਓਮਡੋਂ ਗਲੇਸ਼ੀਅਰ ਹੈ ਇਹ ਇਹ ਕਲਾਸ਼ ਪਹਾੜ ਜਿਹੜੀ ਜਿਹੜੀ ਸ਼ਰੀਨੀ ਦੇ ਵਿੱਚ ਪੈ ਜਾਂਦਾ ਹੈ ਇਹ ਉੱਥੋਂ ਨਿਕਲਦੀ ਹੈ ਇਹ ਤੇ ਇਹਦੇ ਨਾਮ ਬਹੁਤ ਇੰਪੋਰਟੈਂਟ ਹੈ ਠੀਕ ਹੈ ਜੀ ਨੇਮ ਇਹਦੇ ਕੀ ਕਿਉਂ ਇੰਪੋਰਟੈਂਟ ਹੈ ਬਹੁਤ ਵਾਰੀ ਆ ਜਾਂਦਾ ਹੈ ਕਿ ਚਾਈਨਾ ਦੇ ਵਿੱਚ ਜਿਹੜਾ ਜਾਂ ਤਿੱਬਤ ਦੇ ਵਿੱਚ ਬ੍ਰਹਮਪੁੱਤਰ ਰਿਵਰ ਨੂੰ ਕੀ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਯਾਰ ਲੌਂਗ ਸਾਂਗ ਪੂ ਇੱਥੋਂ ਨਿਕਲ ਰਹੀ ਹੈ ਇਹ ਥਰੂ ਵਾਇਆ ਤਿੱਬਤ ਤੇ ਚਾਈਨਾ ਹੋ ਕੇ ਜਦੋਂ ਇੱਥੋਂ ਐਂਟਰ ਕਰਦੀ ਹੈ ਮੈਪ ਦੇ ਉੱਪਰ ਦੇਖੋਗੇ ਇੱਥੋਂ ਇੱਕ ਐਂਟਰ ਕਰ ਰਹੀ ਹੈ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਦਿਬਾਂਗ ਕਿਹਾ ਜਾਂਦਾ ਤੁਸੀਂ ਦੇਖ ਸਕਦੇ ਹੋ ਦਿਬਾਂਗ ਜਾਂ ਦੇਹਾਂਗ ਠੀਕ ਹੈ ਜੀ ਜਾਂ ਸਿਆੰਗ ਵੀ ਕਹਿ ਦਿੰਦੇ ਆ ਇਹਨੂੰ ਸਿਆੰਗ ਵੀ ਕਈ ਵਾਰ ਲਿਖਿਆ ਹੁੰਦਾ ਠੀਕ ਹੈ ਜੀ ਤਾਂ ਇਹ ਧਿਆਨ ਰੱਖਣਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੋ ਐਂਟਰ ਹੁੰਦੀ ਹੈ ਤਾਂ ਇਸ ਰਿਵਰ ਨੂੰ ਕੀ ਕਹਿੰਦੇ ਆ ਦੇਹਾੰਗ ਦਿਬਾਂਗ ਜਾਂ ਸਿਆੰਗ ਠੀਕ ਹੈ ਜੀ ਤੇ ਬੰਗਲਾਦੇਸ਼ ਉਦੋਂ ਬਾਅਦ ਅੱਗੇ ਆ ਜਾਂਦੀ ਹੈ ਇਹ ਪੂਰੇ ਅਸਮ ਦੇ ਵਿੱਚ ਇਹਨੂੰ ਬ੍ਰਹਮਪੁੱਤਰ ਆ ਕਿਹਾ ਜਾਂਦਾ ਠੀਕ ਹੈ ਜੀ ਅਸਮ ਦੇ ਵਿੱਚੋਂ ਫਿਰ ਇੱਥੇ ਆ ਕੇ ਇਹ ਕਿੱਥੇ ਜਾ ਰਹੀ ਹੈ ਬੰਗਲਾਦੇਸ਼ ਚ ਐਂਟਰ ਹੋ ਰਹੀ ਹੈ ਤੇ ਬੰਗਲਾਦੇਸ਼ ਚ ਵਿੱਚ ਇਹਦਾ ਨਾਮ ਲਿਖਿਆ ਹੋਇਆ ਜਮੁਨਾ ਯਮੁਨਾ ਨਹੀਂ ਹੈਗਾ ਜਮੁਨਾ ਇਹ ਧਿਆਨ ਰੱਖਿਓ ਯਮੁਨਾ ਜਿਹੜੀ ਨਿਊ ਦਿੱਲੀ ਵਾਲੀ ਜਿਹੜੀ ਰਿਵਰ ਆ ਉਹਦਾ ਉਹਦੇ ਨਾਲ ਕਨਫਿਊਜ਼ ਨਾ ਹੋਇਆ ਜਮੁਨਾ ਇਹ ਜ ਨਾਲ ਸਟਾਰਟ ਹੋ ਰਹੀ ਹੈ ਠੀਕ ਹੈ ਜੀ ਤਾਂ ਇਹ ਸੀਗਾ ਸਾਰਾ ਕੁਝ ਬ੍ਰਹਮਪੁੱਤਰਾਂ ਬਾਰੇ ਥੋੜਾ ਜਿਹਾ ਪੜ ਲੈਂਦੇ ਆ ਕਾਜ਼ੀਰੰਗਾ ਨੈਸ਼ਨਲ ਪਾਰਕ ਗੈਟਸ ਫਲੱਡਡ ਮੈਂ ਤੁਹਾਨੂੰ ਆਲਰੇਡੀ ਦੱਸਤਾ ਡੂ ਟੂ ਬ੍ਰਹਮਪੁੱਤਰ ਰਿਵਰ ਸਿਸਟਮ ਇੱਕ ਮਾਜੂਲੀ ਰਿਵਰ ਆਈਲੈਂਡ ਹੈ ਇੰਪੋਰਟੈਂਟ ਕਿਉਂ ਹੈ ਇਹ ਵੀ ਨਿਊਜ਼ ਚ ਕਾਫੀ ਵਾਰ ਆ ਰਿਹਾ ਹੈ ਮਾਜੂਲੀ ਇਸ ਦਾ ਲਾਰਜੈਸਟ ਰਿਵਰ ਆਈਲੈਂਡ ਆਫ ਦਾ ਵਰਲਡ ਲੋਕੇਟਿਡ ਇਨ ਅਸਾਮ ਠੀਕ ਹੈ ਜੀ ਬ੍ਰਹਮਪੁੱਤਰ ਰਿਵਰ ਦੇ ਕਿਨਾਰੇ ਹੀ ਵਸਿਆ ਹੋਇਆ ਹੈ ਠੀਕ ਹੈ ਜੀ ਸੋ ਥਿਸ ਵਾਸ 올 ਅਬਾਊਟ ਬ੍ਰਹਮਪੁੱਤਰ ਰਿਵਰ ਅੱਗੇ ਚੱਲਦੇ ਆ ਅਗਲਾ ਕਰੰਟ ਅਫੇਅਰ ਓਕੇ ਇਸਰੋ टू लॉन्च मेट्रोलॉजिकल सैटेलाइट इनसेट 3DS फॉर बेटर वेदर सो इंडिया ਦੇ ਵਿੱਚ ਕੀ ਹੈ ਬੱਚੇ weather casting ਜਿਹੜਾ ਫੋਰਕਾਸਟਿੰਗ ਸਿਸਟਮ ਹੈ ਨਾ ਕੁਝ ਜ਼ਿਆਦਾ ਉਹਨਾਂ ਵਧੀਆ ਨਹੀਂ ਆਗਾ ਥੋੜਾ ਪੂਰ ਹੀ ਹੈ ਕਿਉਂਕਿ ਬਹੁਤ ਵਾਰੀ ਹੁੰਦਾ ਹੈ ਕਿ ਜਿਹੜੇ بارش ਦੇ ਜਿਹੜੇ ਪਰਸੈਂਟੇਜ ਦਿਖਾ ਰਿਆ ਹੁੰਦਾ ਹੈ 90% ਪਰ بارش ਆਉਂਦੀ ਨਹੀਂ ਠੀਕ ਹੈ ਜੀ ਤਾਂ ਵੈਦਰ ਫੋਰਕਾਸਟਿੰਗ ਸਿਸਟਮ ਹੈ ਜਿਹੜਾ ਥੋੜਾ ਜਿਹਾ ਉਹਨੂੰ ਸਟਰੋਂਗ ਕਰਨ ਵਾਸਤੇ ਇਸਰੋ ਨੇ ਕੀ ਕਰਨਾ ਲਾਂਚ ਕਰਨਾ ਹੁਣ ਇਨਸੈਟ 3DS ਸੈਟੇਲਾਈਟ ਜਿਹੜਾ ਲਾਂਚ ਕਰਨਾ ਹੈ ਆਓ ਪੜ੍ਹਦੇ ਹਾਂ ਦੇ ਬਾਰੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਗੋਇੰਗ ਟੂ ਲਾਂਚ ਮੈਟਰੋਲੋਜੀਕਲ ਸੈਟੇਲਾਈਟ ਇਨਸੈਟ 3DS ਔਨ ਫੈਬਰੂਰੀ 17 ਤਾਂ ਇਨਸੈਟ 3DS ਮਿਸ਼ਨ ਵਿਲ ਬੀ ਲਾਂਚਡ ਫਰਮ ਸਤੀਸ਼ ਧਵਨ ਸਪੇਸ ਸੈਂਟਰ ਸ੍ਰੀ ਹਰੀਕੋਟਾ ਸ੍ਰੀ ਹਰੀਕੋਟਾ ਦੇ ਵਿੱਚ ਜਿਹੜਾ ਇਹ ਦਾ ਸਤੀਸ਼ ਥਮਨ ਸਪੇਸ ਸੈਂਟਰ ਪੜਿਆ ਹੋਇਆ ਉੱਥੋਂ ਲਾਂਚ ਹੋਣਾ ਹੈ ਠੀਕ ਹੈ ਇਟ ਵਿਲ ਬੀ ਲਾਂਚਡ ਬਾਈ ਜੀਓ ਸਿੰਕਰੋਨਸ ਸੈਟੇਲਾਈਟ ਲਾਂਚ ਵਹੀਕਲ ਜੀਐਸਐਲਵੀ ਲਾਂਚ ਵਹੀਕਲ ਹੈ ਜਿਹੜਾ ਉਹਦੇ ਨਾਲ ਜਿਹੜਾ ਲਾਂਚ ਹੋਣਾ ਹੈ ਇਹ ਕਈ ਇਹ ਤੇ ਧਿਆਨ ਚ ਰੱਖਣ ਵਾਲਾ ਇੱਕ ਜੀਐਸਐਲਵੀ ਹੁੰਦੇ ਆ ਇੱਕ ਪੀਐਸਐਲਵੀ ਹੁੰਦੇ ਆ ਪੋਲਰ ਸੈਟੇਲਾਈਟ ਲਾਂਚ ਵਹੀਕਲ ਠੀਕ ਹੈ ਜੀ ਦਾ ਐਜੀਐਸਐਲ ਵੀ ਦੇ ਨਾਲ ਲਾਂਚ ਹੋਣਾ ਹੈ ਇਸ ਬਾਰੇ ਥੋੜਾ ਜਿਹਾ ਪੜ ਲੈਂਦੇ ਆ 15 ਅਗਸਤ 1969 ਨੂੰ ਜਿਹੜੀ ਇਹਦੀ ਸਟੈਬਲਿਸ਼ਮੈਂਟ ਹੋਈ ਸੀ ਹੈੱਡਕੁਆਟਰੇ ਦਾ ਬੈਂਗਲੁਰੂ ਕਰਨਾਟਕਾ ਦੇ ਵਿੱਚ ਹੈ ਤੇ ਚੇਅਰਮੈਨ ਦੇ ਹੁਣੇ-ਹੁਣੇ ਬਣਿਆ ਐਸ ਸੋਮਨਾਥ ਠੀਕ ਹੈ ਜੀ ਅੱਗੇ ਚੱਲਦੇ ਆ ਨਿਤਿਨ ਗਡਕਰੀ ਆਪਣੇ ਟਰਾਂਸਪੋਰਟੇਸ਼ਨ ਐਂਡ ਸ਼ਿਪਿੰਗ ਮਿਨਿਸਟਰ ਹੈ ਰੋਡ ਟਰਾਂਸਪੋਰਟ ਐਂਡ ਸ਼ਿਪਿੰਗ ਮਿਨਿਸਟਰ ਹੈ ਇਹ ਕਾਫੀ ਵਧੀਆ ਕੰਮ ਕਰ ਰਹੇ ਨੇ ਨਿਤਿਨ ਗਡਕਰੀ ਅ ਪਿਛਲੇ ਜੇ ਆਪਾਂ ਪਿਛਲਾ ਰੈਕੋਰਡ ਦੇਖੀਏ ਤਾਂ ਇਹਨਾਂ ਨੇ ਕੀ ਕੀਤਾ ਹੈ ਤਕਰੀਬਨ 23 ਤੋਂ 24 ਕਿਲੋਮੀਟਰ ਪਰ ਡੇ ਦੇ ਹਿਸਾਬ ਨਾਲ ਜਿਹੜਾ ਆਪਣੇ ਇੰਡੀਆ ਦੇ ਵਿੱਚ ਰੋਡ ਬਣ ਰਹੀ ਹੈ ਰੋਡ ਦੀ ਕੰਸਟਰਕਸ਼ਨ ਹੋ ਰਹੀ ਹੈ ਤੇ ਇਹਨਾਂ ਦਾ ਟਾਰਗੇਟ ਹੈ ਕਿਹਾ ਇਹਨਾਂ ਨੇ ਕਿ 45 ਕਿਲੋਮੀਟਰ ਪਰ ਡੇ ਤੱਕ ਅਸੀਂ ਇਹਨੂੰ ਲੈ ਕੇ ਜਾਣਾ ਹੈ ਲੈਟਸ ਸੀ ਕਿ ਲੈ ਕੇ ਜਾਣਗੇ ਜਾਂ ਨਹੀਂ ਤੇ ਨਿਊਜ਼ ਪੜ੍ਹਦੇ ਹਾਂ ਕੀ ਹੈ ਬਾਈ 2024 the road network in country will be equal to that of america 2024 they undertake they've done that that india da jehda road map hai that will be equal to america's road road network right padde ki ki kosh road transport and highway अ मिनिस्टर नितिन गडकरी इनफॉर्मड ऑन 9 फरवरी 2024 दैट बाय 2024 आवर नेशनल हाईवे रोड नेटवर्क विल बी इक्वल टू द रोड नेटवर्क ऑफ यूएस राइट सो नेशनल हाईवे नेटवर्क ने कटरी हैज इंक्रीज्ड फ्रॉम एप्रोक्सीमेटली 91000 टू 287 किलोमीटर कदों सी जदों प्रधानमंत्री मनमोहन सिंह दी सरकार सी जदों प्राइम मिनिस्टर मोदी ने एड़ी कमांड संभाली है ते ਡਿਸੰਬਰ 2023 ਤੱਕ 146145 ਕਿਲੋਮੀਟਰ ਜਿਹੜਾ ਹੁਣ ਇਸ ਟਾਈਮ ਹੋ ਗਿਆ ਇਹ ਠੀਕ ਹੈ ਜੀ ਹੋਰ ਇਹ ਕਿੱਥੇ ਉਹਨਾਂ ਨੇ ਬੋਲੀ ਹੈ ਇਹ ਗੱਲ 18th ਗਲੋਬਲ ਬਿਜ਼ਨਸ ਸਮਿਟ ਨਿਊ ਦਿੱਲੀ ਚ ਹੋਇਆ ਸੀ ਜਿਹੜਾ ਉੱਥੇ ਇਹ ਉਹਨਾਂ ਨੇ ਇਨਫੋਰਮ ਕੀਤਾ ਪੜਦੇ ਆ ਜੀ ਅੱਗੇ ਨਿਮ ਹਾਂਸ ਰਿਸੀਵਸ ਡਬਲਯੂ ਐਚ ਓ ਨੈਲਸਨ ਮੰਡੇਲਾ ਅਵਾਰਡ ਫਾਰ ਹੈਲਥ ਪ੍ਰੋਮੋਸ਼ਨ ਆ ਬਹੁਤ ਇੰਪੋਰਟੈਂਟ ਹੈ ਜੀ ਡਬਲਯੂ ਐਚ ਓ ਨੈਲਸਨ ਮੰਡੇਲਾ ਅਵਾਰਡ ਕਈ ਵਾਰੀ ਡਾਇਰੈਕਟ ਕੁਐਸਚਨ ਬਣ ਜਾਂਦਾ ਪੜਦੇ ਹਾਂ ਇਹਦੇ ਬਾਰੇ ਕੀ ਹੈ ਇਹ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਸ ਨਿਮ ਹਾਂਸ ਜਿਹੜੀ ਫੁੱਲ ਫਾਰਮ ਹੈ ਇਹਨੂੰ ਅਵਾਰਡ ਮਿਲਿਆ ਹੈ ਹੈਜ਼ ਬੀਨ ਅਵਾਰਡਡ ਦਾ 2024 ਨੈਲਸਨ ਮੰਡੇਲਾ ਅਵਾਰਡ by the world health organization for health promotion stated that award acknowledges its dedication and outstanding contribution to mental health and well being mental health and well being ਤੇ ਇਹਨਾਂ ਨੇ ਕੰਮ ਕੀਤਾ ਠੀਕ ਹੈ ਜੀ ਨਿਊਰੋਸਾਇੰਸ ਸਾਇੰਸ ਦੇ ਵਿੱਚ ਕੰਮ ਕੀਤਾ ਤਾਂ ਉਹਦੇ ਲਈ ਇਹਨੂੰ ਨਿਵ ਹੰਸ ਨੂੰ ਇਹਦੀ ਫੁੱਲ ਫਾਰਮ ਵੀ ਯਾਦ ਕਰ ਲਿਓ ਨੈਸ਼ਨਲ ਇੰਸਟੀਚਿਊਟ ਆਫ 멘ਟਲ ਹੈਲਥ ਨਿਊਰੋਸਾਇੰਸ ਬਹੁਤ ਵਾਰੀ ਆ ਜਾਂਦੀ ਹੈ ਫੁੱਲ ਫਾਰਮ ਵੀ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਨੂੰ ਕੋਈ ਅਵਾਰਡ ਮਿਲਿਆ ਜਾਂ ਨਿਊਜ਼ ਰਹੀ ਹੈ ਤਾਂ ਉਹਦੀ ਫੁੱਲ ਫਾਰਮ ਆਉਣ ਦੇ ਚਾਂਸਸ ਹੁੰਦੇ ਆ ਠੀਕ ਹੈ ਜੀ ਨੈਲਸਨ ਮੰਡੇਲਾ ਅਵਾਰਡ ਬਾਰੇ ਪੜ ਲੈਂਦੇ ਆ ਥੋੜਾ ਜਿਹਾ World Health Organization started giving the Nelson Mandela Award in the year 2019 2019 ਚ ਨੇ WHO ਨੇ ਨੈਲਸਨ ਮੰਡੇਲਾ ਅਵਾਰਡ ਫਲ ਹੈਲਥ ਆਰਗੇਨਾਈਜੇਸ਼ਨ ਜਿਹੜਾ ਦੇ ਨਾਲ ਸਟਾਰਟ ਕੀਤਾ ਸੀ ਸੋ ਏਵਰੀ ইয়ার 18th ਆਫ ਜੁਲਾਈ सेलिब्रेटेड ਐਟ ਨੈਲਸਨ ਮੰਡੇਲਾ ਇੰਟਰਨੈਸ਼ਨਲ ਡੇ ਇੰਟਰਨੈਸ਼ਨਲ ਡੇ ਵੀ ਆ ਜਾਂਦਾ 18th ਆਫ ਜੁਲਾਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ WHO ਬਾਰੇ ਪੜ੍ਹ ਲੈਂਦੇ ਆ ਪਤਾ ਹੀ ਆਪਾਂ ਨੂੰ ਹੈਡ ਕੁਆਰਟਰ ਦਾ ਜਨੇਵਾ ਚ ਹੈ ਕਦੋਂ ਸੈਬਲਿਸ਼ ਹੋਈ ਸੀ 7th ਆਫ ਅਪ੍ਰੈਲ 1948 ਬਹੁਤ ਇੰਪੋਰਟੈਂਟ ਹੈ ਇਹਨੂੰ ਯਾਦ ਕਰ ਲਿਓ ਅਗਲਾ ਲੋ ਜੀ ਐਸ ਏ ਐਫ ਐਫ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਔਮਨਸ ਅੰਡਰ 19 ਚੈਂਪੀਅਨਸ਼ਿਪਸ ਇੰਡੀਆ ਐਂਡ ਬੰਗਲਾਦੇਸ਼ ਡਿਕਲੇਅਰਡ ਜੁਆਇੰਟ ਵਿਨਰਸ ਜੁਆਇੰਟ ਵਿਨਰਸ ਪਹਿਲੀ ਵਾਰੀ ਹੋਇਆ ਜੁਆਇੰਟ ਵਿਨਰਸ ਮਤਲਬ ਦੋਨੋਂ ਟੀਮਾਂ ਆਪਸ ਵਿੱਚ ਖੇਡ ਰਹੀਆਂ ਤੇ ਦੋਨੋਂ ਹੀ ਵਿਨਰਸ ਹੈ ਇਹ ਕਿਵੇਂ ਹੋ ਗਿਆ ਚਲੋ ਇਹਦੀ ਸਟੋਰੀ ਸੁਣਾਉਣਾ ਤੁਹਾਨੂੰ ਇਹਦੇ ਬਾਰੇ ਮੈਂ ਜ਼ਿਆਦਾ ਡਿਟੇਲਸ ਨਹੀਂ ਮੈਂ ਗਿਆ ਹੈਗਾ ਕੁਝ ਕਿਉਂਕਿ ਯਾਦ ਕਰਨ ਵਾਲਾ ਕੁਝ ਇਹਦੇ ਵਿੱਚ ਹੈ ਨਹੀਂਗਾ ਥੋੜਾ ਜਿਹਾ ਦੱਸ ਦਿੰਦਾ ਹੋਇਆ ਕੀ ਹੈ ਬਹੁਤ ਇੰਟਰਸਟਿੰਗਲੀ ਜਿਹੜੀ ਆ ਇਨਾਂ ਥਿੰਗਸ ਹੋਈਆਂ ਜਿਹੜੀਆਂ ਉੱਤੇ ਹੋਇਆ ਕੀ ਹੈ ਅ ਮੈਚ ਚੱਲ ਰਿਹਾ ਸੀ ਟਾਕਾ ਬੰਗਲਾਦੇਸ਼ ਦੇ ਵਿੱਚ ਠੀਕ ਹੈ ਜੀ ਮੈਚ 90 ਮਿੰਟ ਦੀ ਖੇਡ ਤੋਂ ਬਾਅਦ ਕੀ ਹੋਇਆ 1-1 ਤੇ ਟਾਈ ਹੋ ਗਿਆ ਠੀਕ ਹੈ ਜੀ ਇੱਕ ਗੋਲ ਇੰਡੀਆ ਦਾ ਇੱਕ ਗੋਲ ਬੰਗਲਾਦੇਸ਼ ਦਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਪੈਨਲਟੀ ਸ਼ੂਟਆਊਟ ਐਸ ਪਰ ਦਾ ਰੂਲਸ ਆਫ ਫੁੱਟਬਾਲ ਪੈਨਲਟੀ ਸ਼ੂਟਆਊਟ ਹੋਇਆ ਪੈਨਲਟੀ ਸ਼ੂਟਆਊਟ ਦੇ ਵਿੱਚ ਕੀ ਹੋਇਆ 11-11 ਤੇ ਫੇਰ ਕੀ ਹੋ ਗਿਆ ਮੈਚ ਕੀ ਹੋ ਗਿਆ ਟਾਈ ਹੋ ਗਿਆ ਅਗੇਨ ਫਿਰ ਚੱਕਰ ਪੈ ਗਿਆ ਫਿਰ ਫਾਈਨਲੀ ਕੀ ਡਿਸਾਈਡ ਹੋਇਆ ਕਿ ਲੈਟਸ ਟਾਸ ਟਾਸ ਵਿਦ ਅ ਕੌਇਨ ਉਹਨਾਂ ਨੇ ਕੀ ਕੀਤਾ ਕੌਇਨ ਦੇ ਨਾਲ ਟਾਸ ਕੀਤੀ ਠੀਕ ਹੈ ਜੀ ਕੌਇਨ ਦੇ ਨਾਲ ਟਾਸ ਕੀਤੀ ਤਾਂ ਫੋਰਚੂਨੇਟਲੀ ਕੌਣ ਜਿੱਤ ਗਿਆ ਦੇਚ ਇੰਡੀਆ ਜਿੱਤ ਗਿਆ ਠੀਕ ਹੈ ਜੀ ਸੋ ਇੰਡੀਆ ਨੇ ਸੈਲੀਬ੍ਰੇਟ ਕਰਨਾ ਸਟਾਰਟ ਕਰਤਾ ਉੱਥੇ ਇੰਡੀਅਨ ਪਲੇਅਰਸ ਨੇ ਬਟ ਫਾਈਨਲੀ ਕੀ ਹੋਇਆ ਜਿਹੜੇ homeland ਦੇ ਜਿਹੜੇ ਉੱਥੋਂ ਦੇ ਲੋਕ ਸੀਗੇ ਬੰਗਲਾਦੇਸ਼ ਦੇ ਪਲੱਸ ਜਿਹੜੇ ਬੰਗਲਾਦੇਸ਼ ਦੇ ਪਲੇਅਰ ਸੀਗੇ ਉਹਨਾਂ ਨੇ ਕੀ ਕਰਤਾ ਪ੍ਰੋਟੈਸਟ ਕਰਨਾ ਸਟਾਰਟ ਕਰਤਾ ਕਿ ਥਿਸ ਇਜ਼ ਰੌਂਗ ਥਿਸ ਇਜ਼ ਅਨਫੇਅਰ ਠੀਕ ਹੈ ਜੀ ਤਾਂ ਕਾਫੀ ਜਦੋਜਹਿਦ ਤੋਂ ਬਾਅਦ ਕੀ ਹੋਇਆ ਫਾਈਨਲੀ ਜਿਹੜੇ ਜੂਰੀਜ਼ ਨੇ ਕੀ ਫੈਸਲਾ ਕੀਤਾ ਜੂਰੀ ਨੇ ਕੀ ਫੈਸਲਾ ਕੀਤਾ ਕਿ ਵੀ ਸ਼ੁੱਡ ਡਿਕਲੇਅਰ ਬੋਥ ਟੀਮਸ ਐਡ ਐਜ ਜੁਆਇੰਟ ਵਿਨਰਸ ਜੁਆਇੰਟ ਵਿਨਰਸ ਫਿਰ ਫਾਈਨਲੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਡਿਕਲੇਅਰ ਕਰਤਾ ਸੋ ਦਿਸ ਵਾਸ ਆਲ ਅਬਾਊਟ ਦਿਸ ਸਟੋਰੀ ਆਫ ਦਿਸ ਦਿਸ ਐਸ ਏ ਐਫ ਐਫ ਔਮਨਸ ਅੰਡਰ 19 ਚੈਂਪੀਅਨਸ਼ਿਪ ਰਾਈਟ ਸੋ ਚਲੋ ਜੀ ਅੱਗੇ ਪੜਦੇ ਹਾਂ ਲੋ ਜੀ ਸਿੱਕਮ ਬਿਕਮਸ ਫਸਟ North East state to reinstate old pension scheme for employees OPS scheme bahut itte rola paya ji OPS scheme old pension scheme jehdi employees waste pehla North East state ban gaya Sikkim onu reinstate karan wala lo ji agge padde ha Chief Minister Prem Singh Tamang of Sikkim announced the revival of the old pension scheme for state governments employees hired on or after 1st april 2006 1st april 2006 ਨੂੰ ਜਾਂ ਫਿਰ ਉਸ ਤੋਂ ਬਾਅਦ ਹਾਇਰ ਹੋਣ ਵਾਲੇ ਜਿੰਨੇ ਵੀ government employees ਆ ਉਹਨਾਂ ਨੂੰ ਕੀ ਮਿਲੂਗੀ old pension scheme ਦੇ ਅਕੋਰਡਿੰਗ ਪੈਨਸ਼ਨ ਮਿਲੂਗੀ ਠੀਕ ਹੈ ਜੀ ਇਹ ਕਿੱਥੇ ਹੋਇਆ during the state level temporary employees convention ਹੋਈ ਸੀ si. ਠੀਕ ਹੈ ਜੀ ਸਿੱਕ ਬਾਰੇ ਪੜ ਲੈਂਦੇ ਆ ਥੋੜਾ ਜਿਹਾ ਕੈਪੀਟਲ ਆਬਵੀਅਸਲੀ ਗੰਗਟੋਕ ਹੈ ਦੀ ਤੇ ਸੀਐਮ ਉੱਪਰ ਨਾਮ ਆਇਆ ਗਿਆ ਉਹਨਾਂ ਦਾ ਪ੍ਰੇਮ ਸਿੰਘ ਤਮੰਗ ਠੀਕ ਹੈ ਜੀ ਐਸਕੇਐਮ ਤੋਂ ਆ ਐਸਕੇਐਮ ਇਥੇ ਸੰਯੁਕਤ ਕਿਸਾਨ ਮੋਰਚਾ ਨਹੀਂ ਹੈਗਾ ਐਸਕੇਐਮ ਉੱਥੋਂ ਦੀ ਇੱਕ ਪਾਰਟੀ ਦਾ ਨਾਮ ਹੈ ਤੁਸੀਂ ਕਮੈਂਟ ਚ ਕਰਕੇ ਦੱਸਿਓ ਐਸਕੇਐਮ ਦਾ ਪੂਰਾ ਨਾਮ ਕੀ ਹੈ ਨਹੀਂ ਫਿਰ ਮੈਂ ਦੱਸੂਗਾ ਗਵਰਨਰ ਕੌਣ ਹੋ ਜਾਂਦੇ ਆ ਲਕਸ਼ਮਣ ਆਚਾਰਿਆ ਕੌਣ ਹੋਏ ਨੇ ਲਕਸ਼ਮਣ ਆਚਾਰਿਆ ਤੇ ਸਟੇਟ ਐਨੀਮਲ ਕੌਣ ਹੋ ਜਾਂਦਾ ਇਹਦਾ ਰੈੱਡ ਪਾਂਡਾ ਰੈੱਡ ਪਾਂਡਾ ਇਹਦਾ ਸਟੇਟ ਐਨੀਮਲ ਹੈ ਅਬ ਮੈਂ ਤੁਹਾਨੂੰ ਪਿਛਲੀ ਕਲਾਸ ਵੀ ਦੱਸਿਆ ਸੀ ਕਿ ਹੌਲੀ-ਹੌਲੀ ਆਪਾਂ ਹੁਣ ਨਵੀਆਂ ਚੀਜ਼ਾਂ ਇਨਕਲੋਡ ਕਰਨੀਆਂ ਸਟਾਰਟ ਕਰਨੀਆਂ ਜਿਵੇਂ ਸਟੇਟ ਹੋ ਗਿਆ ਸਟੇਟ ਦੇ ਵਿੱਚ ਰਿਵਰਸ ਹੋ ਗਈਆਂ ਜਾਂ ਸਟੇਟ ਐਨੀਮਲ ਸਟੇਟ ਬਰਡ ਹੋਗੇ ਠੀਕ ਹੈ ਜੀ ਤਾਂ ਐਸਕੇਮ ਦਾ ਪੂਰਾ ਨਾਮ ਆਈ ਹੋਪ ਕਿ ਤੁਸੀਂ ਕਮੈਂਟ ਦੇ ਵਿੱਚ ਦੱਸਿਆ ਹੋਊਗਾ ਕੋਈ ਬਟ ਇਹਦਾ ਮੈਂ ਦੱਸ ਦਿੰਨਾ ਚਲੋ ਇਹਦਾ ਨਾਮ ਹੈਗਾ ਸਿੱਕਮ क्रांतिकारी मोर्चा सिक्कम क्रांतिकारी मोर्चा ਦੇ ਨਾਮ ਤੇ ਜਿਹੜੀ ਪਾਰਟੀ ਜਿਹੜੀ ਹੈਗੀ ਇਹਨਾਂ ਦੀ ਪ੍ਰੇਮ ਸਿੰਘ ਤਾਂ ਮੰਗਦੀ ਜਿਹੜੇ ਸੀਐਮ ਹੈ ਅੱਗੇ ਚੱਲਦੇ ਹਾਂ ਜੀ ਲਓ ਜੀ ਅਜੇ ਕੁਮਾਰ ਚੌਧਰੀ ਅਪਾਇੰਟਡ ਨੌਨ ਐਗਜ਼ੀਕਿਊਟਿਵ ਚੇਅਰਮੈਨ ਆਫ ਐਨਪੀਸੀਆਈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਬਹੁਤ ਇੰਪੋਰਟੈਂਟ ਹੈ ਠੀਕ ਹੈ ਜੀ ਅ ਪੜ੍ਹਦੇ ਆਂ ਦੇ ਬਾਰੇ ਲੋ ਜੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਰੀਸੈਂਟਲੀ ਅਨਾਉਂਸਡ ਦ ਅਪੋਇੰਟਮੈਂਟ ਆਫ ਅਜੇ ਕੁਮਾਰ ਚੌਧਰੀ ਐਸ ਇਟਸ ਨਿਊ ਨਾਨ ਐਗਜ਼ੀਕਿਊਟਿਵ ਚੇਅਰਮੈਨ ਐਂਡ ਇੰਡੀਪੈਂਡੈਂਟ ਡਾਇਰੈਕਟਰ ਇਫੈਕਟਿਵ 8th ਫੇਵ 2024 ਬਸ ਯਾਦ ਰੱਖਣ ਵਾਲਾ ਇਹਦੇ ਵਿੱਚ ਕੀ ਹੈ ਐਨ ਪੀ ਸੀ ਆਈ ਦੀ ਫੁੱਲ ਫਾਰਮ ਠੀਕ ਹੈ ਜੀ ਤੇ ਕੌਣ ਨਾਨ ਐਗਜ਼ੀਕਿਊਟਿਵ ਚੇਅਰਮੈਨ ਤੇ ਇੰਡੀਪੈਂਡੈਂਟ ਡਾਇਰੈਕਟਰ ਬਣਿਆ ਕੌਣ ਬਣਿਆ ਅਜੇ ਕੁਮਾਰ ਚੌਧਰੀ ਠੀਕ ਹੈ ਜੀ ਐਨਪੀਸੀਆ ਬਾਰੇ ਪੜ ਲੈਂਦੇ ਆ 2008 ਦੇ ਵਿੱਚ ਬਣੀ ਸੀ ਹੈੱਡਕੁਆਰਟਰ ਇਹਦਾ ਮੁੰਬਈ ਹੈ ਠੀਕ ਹੈ ਜੀ ਅੱਗੇ ਚੱਲਦੇ ਲਓ ਜੀ ਇੰਟਰਨੈਸ਼ਨਲ ਡੇ ਆਫ ewomen ਐਂਡ ਗਰਲਸ ਇਨ ਸਾਇੰਸਿਸ 2024 11th ਆਫ ਫੈਬ ਇੰਟਰਨੈਸ਼ਨਲ ਡੇ ਆਫ ewomen ਗਰਲ ਚਾਈਲਡ ਇਨ ਸਾਇੰਸ ਸਾਇੰਸ ਦੇ ਵਿੱਚ ਸਾਇੰਸ ਦੇ ਵਿੱਚ ਗਰਲਸ ਦੀ ਪਾਰਟਿਸਪੇਸ਼ਨ ਵਾਸਤੇ ਕੀ ਆ ਜਿਹੜਾ ਪੜ੍ਹਦੇ ਆਂ ਦੇ ਬਾਰੇ ਏਵਰੀ ਈਅਰ ਔਨ ਫੈਬਰੂਰੀ 11th the world celebrates the international day of women and girls in science this year's theme theme padle nada ki hai ji closing the gap gender gap in science accelerating actions lo ji irs officer narender kumar yadav narender kumar yadav kon hai irs officer but inu ki banaya gaya hai ਫਿਟ ਇੰਡੀਆ ਮੂਵਮੈਂਟ ਦਾ ਬ੍ਰਾਂਡ ਐਂਬੈਸਡਰ ਫਸਟ ਟਾਈਮ ਹੋਇਆ ਕਿ ਕਿਸੇ ਆਈਆਰਐਸ ਆਈਏਪੀਐਸ ਆਫੀਸਰ ਨੂੰ ਨਰਿੰਦਰ ਫਿਟ ਇੰਡੀਆ ਮੂਵਮੈਂਟ ਜਾਂ ਕਿਸੇ ਵੀ ਮੂਵਮੈਂਟ ਦਾ ਬ੍ਰਾਂਡ ਮੈਸਟਰ ਬਣਾਇਆ ਜਾਵੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਫੋਟੋ ਇਹਨਾਂ ਦੀ ਨਰਿੰਦਰ ਕੁਮਾਰ ਯਾਦਵ ਫਿਟ ਇੰਡੀਆ ਮੂਵਮੈਂਟ ਦਾ ਬ੍ਰਾਂਡ ਐਂਬੈਸਡਰ ਆਓ ਪੜ੍ਹਦੇ ਹਾਂ Fit India Movement has appointed Narendra Kumar Yadav and IRS officer as its new brand ambassador Fit India Movement ਬਾਰੇ ਜਾਣ ਲੈਣੇ ਆ ਲਾਂਚ ਕਦੋਂ ਹੋਈ ਸੀ ਲਾਂਚ ਕਿਹਨੇ ਕੀਤੀ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਦੋਂ ਕੀਤੀ ਸੀ 29th of August 2019 ਇਹ ਨੈਸ਼ਨਲ ਸਪੋਰਟਸ ਡੇ ਹੁੰਦਾ ਹੈ ਜੀ ਠੀਕ ਹੈ ਜੀ ਕਿੱਥੇ ਕੀਤੀ ਸੀ ਇੰਦਰਾ ਗਾਂਧੀ ਸਟੇਡੀਅਮ ਨਿਊ ਦਿੱਲੀ ਦੇ ਵਿੱਚ ਠੀਕ ਹੈ ਜੀ ਅੱਗੇ ਚੱਲਦੇ ਹਾਂ ਹਾਂਜੀ ਅਗੇ ਕੁਝ ਵਨ ਲਾਈਨਰਸ ਪੜ੍ਹ ਲੈਣੇ ਆ। ਅ ਇਹ ਇੰਪੋਰਟੈਂਟ ਹੁੰਦੇ ਆ ਬਟ ਇਹਨਾਂ ਨੂੰ ਡਿਟੇਲਸ ਜਾਣ ਦੀ ਇਹਨਾਂ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਕਰਕੇ ਇਹਨਾਂ ਨੂੰ ਮੈਂ ਵਨ ਲਾਈਨਰ ਫਾਰਮ ਵਿੱਚ ਹੀ ਰੱਖਿਆ ਹੁੰਦਾ ਹੈ। ਠੀਕ ਹੈ ਜੀ। ਸੀ ਡਾਟ ਹੈਜ਼ ਸਾਈਨਡ ਅਗਰੀਮੈਂਟ ਵਿਦ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਖੜਕਪੁਰ ਆਈਆਈਟੀ ਖੜਕਪੁਰ ਦੇ ਨਾਲ ਸੀ ਡਾਟ ਨੇ ਇੱਕ ਅਗਰੀਮੈਂਟ ਸਾਈਨ ਕੀਤਾ ਹੈ। ਸਾਈਨ ਅਗਰੀਮੈਂਟ ਕਾਦਾ ਹੋਇਆ ਹੈ? ਇਹਨਾਂ ਨੇ ਇੱਕ ਪ੍ਰੋਟੋਟਾਈਪਸ ਡਿਵੈਲਪ ਕਰਨਾ ਹੈ। ਜੀ ਦੀ ਸਪੀਡ ਹੋਗੀ 10 ਗੀਗਾਬਾਈਟ ਕੇਬਲ ਸਿਮੈਟ੍ਰਿਕ ਪੈਸਿਵ ਆਪਟੀਕਲ ਨੈਟਵਰਕ ਆਪਟੀਕਲ ਨੈਟਵਰਕ ਇੱਕ ਆਪਟੀਕਲ ਵਾਇਰਸ ਹੁੰਦੀਆਂ ਠੀਕ ਹੈ ਜੀ ਤਾਂ ਇਹੋ ਜਿਹਾ ਨੈਟਵਰਕ ਡਵੈਲਪ ਕਰਨਾ ਹੈ ਜੀ ਦੀ ਸਪੀਡ 10 ਜੀਬੀ ਹੋਗੀ 10 ਜੀਬੀ ਪਰ ਸੈਕਿੰਡ ਕਹਿ ਸਕਦੇ ਆਪਾਂ 10 ਜੀਬੀ ਪੀਐਸ ਠੀਕ ਹੈ ਜੀ ਕਿੰ ਇੰਨੀ ਕੈਪੈਸਿਟੀ ਦਾ ਜਿਹੜਾ ਸਿਮੈਟ੍ਰਿਕ ਪੈਸਿਵ ਆਪਟੀਕਲ ਨੈਟਵਰਕ ਸੈਟ ਅਪ ਕਰਨਾ ਹੈ ਕਿਨੇ ਸੀ ਡਾਟ ਨੇ ਕਰਨਾ ਹੈ ਠੀਕ ਹੈ ਜੀ ਆਈਆਈਟੀ ਖੜਕਪੁਰ ਦੇ ਨਾਲ ਐਗਰੀਮੈਂਟ ਕੀਤਾ ਹੈ ਨਾਲ ਠੀਕ ਹੈ ਜੀ ਅਗਲਾ ਰੇਲਵੇ ਪ੍ਰੋਟੈਕਸ਼ਨ ਫੋਰ ਆਰਪੀਐਫ ਵਿਲ ਹੋਸਟ 67th 올 ਇੰਡੀਆ ਪੁਲਿਸ ਡਿਊਟੀ ਮੀਟ ਇਨ ਲਖਨਊ ਉੱਤਰ ਪ੍ਰਦੇਸ਼ ਕੁਐਸਚਨ ਕੀ ਬਣ ਸਕਦਾ ਹੈ ਕਿ 67th 올 ਇੰਡੀਆ ਪੁਲਿਸ ਡਿਊਟੀ ਮੀਟ ਕਦੋਂ ਹੋਈ ਸੀ ਸੌਰੀ ਕਿੱਥੇ ਹੋਈ ਸੀ ਲਖਨਊ ਦੇ ਵਿੱਚ ਠੀਕ ਹੈ ਜੀ ਹੋਸਟ ਕੌਣ ਸੀ ਆਰਪੀਐਫ ਡਨ ਹੋ ਗਿਆ ਜੀ ਨੈਕਸਟ ਗੂਗਲ a tech giant signed a memorandum of understanding with the government of maharashtra google ne maharashtra na ek ek mou sign kita hai to provide artificial intelligence led solutions ai yaida artificial intelligence bahut news ch rehanda hai e bahut matlab keh lo ke innovative technology hai jehdi emerge ho rahi hai age te ede kuch consequences vi ho sakde hai unna bare kise din ai de upar ek special session leke aunga to ude ude padange apan ਚਲੋ ਜੀ ਹਾਰਟਸਫੀਲਡ ਜੈਕਸਨ ਐਟਲੰਟਾ ਇੰਟਲ ਇੱਕ ਹੀ ਹੈ ਇਹ ਇੰਟਰਨੈਸ਼ਨਲ 에어ਪੋਰਟ ਹੈ ਕਿੱਥੇ ਹੈ ਇਹ ਐਟਲੰਟਾ ਦੇ ਵਿੱਚ ਯੂ ਐਸ ਏ ਦੇ ਵਿੱਚ ਇਹ ਬਿਜ਼ੀਐਸਟ 에어ਪੋਰਟ ਇਨ ਦਾ ਵਰਲਡ ਜਿਹੜਾ ਡਿਕਲੇਅਰ ਹੋਇਆ ਜੀ ਵਿਦ ਦਾ ਨੰਬਰ ਆਫ ਪੈਸੇਂਜਰਸ ਆਫ 84.6 ਮਿਲੀਅਨਸ ਐਨੇ ਲੋਕ ਹੈ ਜਿਹੜੇ ਇਹ ਇਹਨੂੰ ਕੀ ਕਰ ਸਕਦੇ ਇੱਥੇ ਵਿਜ਼ਿਟ ਕਰਦੇ ਆ ਕਹਿ ਲਓ ਠੀਕ ਹੈ ਜੀ ਤਾਂ ਹੀ ਬਿਜ਼ੀਸਟ 에어ਪੋਰਟ ਇਨ ਦ ਵਰਲਡ ਹੈ ਤਾਂ ਕੁਐਸਚਨ ਸਿੱਧਾ ਆ ਸਕਦਾ ਵਿਚ ਹੈਜ਼ ਬੀਨ ਡਿਕਲੇਰਡ ਐਜ਼ ਦ ਬਿਜ਼ੀਸਟ 에어ਪੋਰਟ ਇਨ ਦ ਵਰਲਡ ਤਾਂ ਕਿਹੜਾ ਹੋ ਜਾਊਗਾ ਹਾਰਟਸਫੀਲ ਜੈਕਸਨ ਐਟਲੰਟਾ ਠੀਕ ਹੈ ਜੀ ਲਾਸਟ ਪ੍ਰੈਜ਼ੀਡੈਂਟਸ ਦਰਪਦੀ ਮਰਮੂ ਅਨਾਗੂਰੇਟਸ ਵਿਵਿਦਤਾ ਕਾ ਅੰਮ੍ਰਿਤ ਮਹਾਉਤਸਵ ਇੱਕ ਮਹਾਉਤਸਵ ਜਿਹੜਾ ਅਨਾਗੂਰੇਟ ਕੀਤਾ ਕਿਹਨੇ ਕੀਤਾ ਸ਼੍ਰੀਮਤੀ ਦਰਪਦੀ ਮਰਮੂ ਨੇ ਠੀਕ ਹੈ ਜੀ ਇਹ ਐਕਚੁਅਲੀ ਨਾਰਥ-ਈਸਟ ਇੰਡੀਆ ਦਾ ਜਿਹੜਾ ਰਿਚ ਕਲਚਰ ਨੂੰ ਸ਼ੋਕੇਸ ਕਰਨ ਵਾਸਤੇ ਜਿਹੜਾ ਇਹਨੂੰ ਡਿਵੈਲਪ ਇਹਨੂੰ ਆਰਗੇਨਾਈਜ਼ ਕੀਤਾ ਗਿਆ ਠੀਕ ਹੈ ਜੀ ਤਾਂ ਇਹਦੇ ਨਾਲ ਹੀ ਆਪਣੇ ਜਿਹੜੇ ਅੱਜ ਦੇ ਕਰੰਟ ਅਫੇਅਰਸ ਤੇ ਜਿਹੜੇ ਕੁਝ ਵਨ ਲਾਈਨਰਸ ਫਾਰਮਸ ਸੀਗੇ ਆਪਣੇ ਕੋਲੇ ਖਤਮ ਹੁੰਦੇ ਆ ਆਓ ਜੀ ਹੁਣ ਰਿਵੀਜ਼ਨ ਕਰਦੇ ਆ 10th ਫੈਬਵਰ ਵਾਲੇ ਕਰੰਟ ਅਫੇਅਰਸ ਦੀ ਐਮਸੀਕਿਊਜ਼ ਦੇ ਫਾਰਮ ਦੇ ਵਿੱਚ ਲਓ ਜੀ ਪਹਿਲਾ ਕੁਐਸਚਨ ਆ ਗਿਆ ਤੁਹਾਡੇ ਸਾਹਮਣੇ ਰੀਸੈਂਟਲੀ ਵਿਚ ਆਫ ਦਾ ਫੋਲੋਇੰਗ ਪਰਸਨੈਲਿਟੀ ਹੈਜ਼ ਨਾਟ ਬੀਨ 기ਵਨ ਭਾਰਤ ਰਤਨ ਅਵਾਰਡ ਵਿਚ ਹੈ ਹੈਜ਼ ਨਾਟ ਬੀਨ 기ਵਨ ਨਹੀਂ ਦਿੱਤਾ ਗਿਆ ਜਿਨ੍ਹਾਂ ਨੂੰ ਲਓ ਜੀ ਆਨਸਰ ਕਰੋ ਫੜਫੜ ਕਮੈਂਟ ਬਾਕਸ ਦੇ ਵਿੱਚ ਚਲੋ ਦੇਖ ਲੈਂਦੇ ਆ ਜੀ ਪੀ ਵੀ ਨਰਸਮਿਆ ਰਾਓ ਦਿੱਤਾ ਗਿਆ ਜੀ ਭਾਰਤ ਰਤਨ ਦਿੱਤਾ ਗਿਆ ਹੈ ਸੀ ਸੁ브ਰਮਨੀਅਮ ਇਹਨਾਂ ਨੂੰ ਨਹੀਂ ਦਿੱਤਾ ਗਿਆ ਚੌਧਰੀ ਚਾਰਨ ਸਿੰਘ ਦਿੱਤਾ ਗਿਆ ਜੀ ਕਰਪੂਰੀ ਠਾਕਰ ਉਪੀ ਦੇ ਸੀਐਮ ਸੀਗੇ ਫਾਰਮਰ ਸੀਐਮ ਉਹਨਾਂ ਨੂੰ ਦਿੱਤਾ ਗਿਆ ਚੌਧਰੀ ਚਰਨ ਸਿੰਘ ਆਪਾਂ ਪੜਿਆ ਸੀਗਾ ਕੱਲ ਦੇ ਕਰੰਟ ਅਫੇਅਰਸ ਦੇ ਵਿੱਚ ਤਿੰਨ ਆਪਾਂ ਪੜੇ ਸੀ ਪੀਵੀ ਨਰਸਮਹਾ ਰਾਓ ਚੌਧਰੀ ਚਰਨ ਸਿੰਘ ਤੇ ਇੱਕ ਹੋਰ ਪੜਿਆ ਸੀਗਾ ਉਹ ਕੌਣ ਸੀ ਐਮਐਸ ਸੁਆਮੀ ਨਾਥਨ ਜਿਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ ਠੀਕ ਹੈ ਜੀ ਸੀ ਸੁਬ੍ਰਮਣੀਮ ਕੌਣ ਸੀਗੇ ਸੀ ਸੁਬ੍ਰਮਣੀਮ ਐਕਚੁਅਲੀ ਉਸ ਟਾਈਮ ਦੇ ਜਦੋਂ ਗ੍ਰੀਨ ਰੈਵੋਲੂਸ਼ਨ ਆਈ ਗ੍ਰੀਨ ਰੈਵੋਲੂਸ਼ਨ i 60 70s ਦੇ ਵਿੱਚ ਉਸ ਟਾਈਮ ਦੇ ਕੌਣ ਸੀਗੇ ਐਗਰੀਕਲਚਰ ਮਿਨਿਸਟਰ ਸੀਗੇ ਕੌਣ ਸੀ ਐਗਰੀਕਲਚਰ ਮਿਨਿਸਟਰ ਸੀਗੇ ਬਟ ਇਹਨਾਂ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ ਤਾਂ ਆਨਸਰ ਇਹਦਾ ਕੀ ਹੋ ਜਾਂਦਾ b ਹੋ ਜਾਂਦਾ ਜੀ ਠੀਕ ਹੈ ਜੀ ਚੱਲੀ ਅੱਗੇ ਸੈਕੰਡ ਕੁਐਸਚਨ ਹੂ ਇਜ਼ ਨੋਨ ਐਸ ਫਾਦਰ ਆਫ ਗ੍ਰੀਨ ਰੈਵਿਊਸ਼ਨ ਆਫ ਦ ਵਰਲਡ ਦੱਸੋ ਜੀ ਫਾਦਰ ਆਫ ਗ੍ਰੀਨ ਰੈਵਿਊਸ਼ਨ ਬਹੁਤ ਸਾਰੇ ਬੱਚੇ ਐਮ ਐਸ ਸੁਆਮੀ ਨਾਥਨ ਕਹਿਣਗੇ ਬਟ ਐਮ ਐ ਸੁਆਮੀ ਨਾਥਨ ਇਸ ਨਾਟ ਦਾ ਫਾਦਰ ਆਫ ਗ੍ਰੀਨ ਰੈਵਿਊਲੂਸ਼ਨ ਆਫ ਦਾ ਵਰਲਡ ਹੀ ਇਸ ਦਾ ਫਾਦਰ ਆਫ ਗ੍ਰੀਨ ਰੈਵਿਊਲੂਸ਼ਨ ਆਫ ਇੰਡੀਆ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਸੀ ਉਹ ਸਿਰਫ ਠੀਕ ਹੈ ਜੀ ਵਰਲਡ ਦੇ ਵਿੱਚ ਫਾਦਰ ਆਫ ਗ੍ਰੀਨ ਰੈਵਿਊਲੂਸ਼ਨ ਕਿਹਨੂੰ ਕਿਹਾ ਜਾਂਦਾ ਉਹ ਕਿਹਾ ਜਾਂਦਾ ਨਾਰਮਨ ਬਾਰਲੋ ਨੂੰ ਨਾਰਮਨ ਬਾਰਲੋ ਦੇ ਨਾਲ ਮਿਲ ਕੇ ਇਹਨਾਂ ਨੇ ਕੰਮ ਕੀਤਾ ਸੀ ਆਪਾਂ ਕੱਲ ਪੜਿਆ ਸੀ ਐਮ ਐ ਸੁਆਮੀ ਨਾਥਨ ਜੀ ਦੇ ਠੀਕ ਹੈ ਜੀ ਬਾਕੀ ਪੜ ਲੈਂਦੇ ਆ ਬੀ ਜਿਹੜਾ ਵਰਗੇਸ ਕੁਰੀਅਨ ਇਹਨਾਂ ਨੂੰ ਕਿਹਾ ਜਾਂਦਾ ਫਾਦਰ ਆਫ ਵਾਈਟ ਰੈਵਿਊਲੂਸ਼ਨ ਵਾਈਟ ਰੈਵਿਊਲੂਸ਼ਨ ਫਾਦਰ ਆਫ ਵਾਈਟ ਰੈਵਿਊਲੂਸ਼ਨ ਇਹ ਵਾਈਟ ਰੈਵਿਊਲੂਸ਼ਨ ਕਾਦੀ ਨਾਲ ਰਿਲੇਟਡ ਹੈ ਮਿਲਕ ਪ੍ਰੋਡਕਸ਼ਨ ਨਾਲ ਹੈ ਠੀਕ ਹੈ ਜੀ ਮਿਲਕ ਪ੍ਰੋਡਕਸ਼ਨ ਹੈ ਠੀਕ ਹੈ ਅਮੁਲ ਦਾ ਪਲਾਂਟ ਲੱਗਿਆ ਸੀਗਾ ਵਾਰਾਨਸੀ ਦੇ ਵਿੱਚ ਜਦੋਂ ਜਿਹੜੀ ਵਾਈਟ ਰੈਵਿਊਲੂਸ਼ਨ ਆਈ ਹੈ ਠੀਕ ਹੈ ਜੀ ਤਾਂ ਧਿਆਨ ਰੱਖ ਲੈ ਫਾਦਰ ਆਫ ਵਾਈਟ ਰੈਵਿਊਲੂਸ਼ਨ ਕਿਹਨੂੰ ਕਿਹਾ ਜਾਂਦਾ ਵਰਗੀਸ ਕੁਰੀਨ ਨੂੰ ਠੀਕ ਹੈ ਜੀ ਦੁਰਗੇਸ਼ ਪਟੇਲ ਡੀ ਕੌਣ ਸੀ ਇਹ ਹੈ ਦੁਰਗੇਸ਼ ਪਟੇਲ ਦੁਰਗੇਸ਼ ਪਟੇਲ ਇਹਨਾਂ ਨੂੰ ਕਿਹਾ ਜਾਂਦਾ ਫਾਦਰ ਆਫ ਪਿੰਕ ਰੈਵਿਊਲੂਸ਼ਨ ਪਿੰਕ ਰੈਵਿਊਲੂਸ਼ਨ ਕਿਹਦੇ ਨਾਲ ਰਿਲੇਟਡ ਹੈ ਜੀ ਪਿੰਕ ਰੈਵਿਊਲੂਸ਼ਨ ਪਿੰਕ ਰੈਵਿਊਲੂਸ਼ਨ ਐਕਚੁਅਲੀ ਰਿਲੇਟਡ ਹੈਗੀ ਹੈ ਮੀਟ ਦੇ ਨਾਲ ਮੀਟ ਚਿਕਨ ਦੇ ਨਾਲ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ what is india's rank in uh, world bank's logistic performance index ki uh, india da rank hi hai logistic performance index de vich uh, india da rank hi ja ho janda ji 38th 38th 44 si pehla theek hai ji 44 hega si 2000 2018 de vich 54 si 2014 ਦੇ ਵਿੱਚ ਤੇ 2023 ਦੇ ਵਿੱਚ ਕੀ ਹੋ ਜਾਂਦਾ 38th ਹੋ ਜਾਂਦਾ ਜੀ ਠੀਕ ਹੈ ਜੀ ਸੋ ਇੰਡੀਆ ਦੀ ਜਿਹੜੀ ਪਰਫਾਰਮੈਂਸ ਹੈ ਲੌਜਿਸਟਿਕ ਪਰਫਾਰਮੈਂਸ ਦੇ ਵਿੱਚ ਵੱਧ ਰਹੀ ਹੈ ਪਰਫਾਰਮੈਂਸ ਇੰਪਰੂਵ ਹੋ ਰਹੀ ਹੈ ਨੈਕਸਟ ਆਦੀ ਮਹੋਤਸਵ ਇਜ਼ ਇਨੌਗੁਰੇਟਿਡ ਬਾਈ ਪ੍ਰੈਜ਼ੀਡੈਂਟ ਦਰਪਦੀ ਮਰਮੂ ਐਟ ਆਦੀ ਮਹੋਤਸਵ ਦੇਖੋ ਉਹਨੂੰ ਦੇਖੋ ਇਹ ਆਦੀ ਮਹੋਤਸਵ ਆਦੀਵਾਸੀ ਨਾਲ ਰਿਲੇਟਡ ਲੱਗ ਰਿਹਾ ਤਾਂ ਬਹੁਤ ਸਾਰੇ ਬੱਚੇ ਕੀ ਕਰਨਗੇ ਜਾਂ ਆਚਾਰਖੰਡ ਲਗਾਉਣਗੇ ਜਾਂ ਮੇਘਾਲਿਆ ਲਗਾਉਣਗੇ ਆਸਮ ਲਗਾਉਣਗੇ ਬਟ ਐਕਚੁਅਲੀ ਇਟ ਵਾਸ ਆਰਗੇਨਾਈਜ਼ਡ ਐਟ ਨਿਊ ਡੈਲੀ ਇਟ ਟ੍ਰਾਈਬਲ ਅ ਅਫੇਅਰ ਜਿਹੜਾ ਜਿਹੜਾ ਆਦੀਵਾਸੀਆਂ ਨਾਲ ਕਹਿ ਲੋਕੇ ਜਿਹੜਾ ਰਿਲੇਟਡ ਆ ਇਹ ਆਦੀ ਮਹਾਉਤਸਵ ਠੀਕ ਹੈ ਜੀ ਇੱਕ ਟ੍ਰਾਈਫਿਡ ਜਿਹੜੀ ਆਰਗੇਨਾਈਜੇਸ਼ਨ ਆ ਜਿਨੇ ਇਹ ਕੀ ਕੀਤਾ ਆਰਗੇਨਾਈਜ਼ ਕੀਤਾ ਠੀਕ ਹੈ ਜੀ ਅੱਗੇ ਚੱਲਦੇ ਆ who has been conferred with lakshmi narayan international award lakshmi narayan international award uh, साल ਦੇ ਵਿੱਚ ਇੱਕ ਲਾਈਵ ਕਾਨਸਰਟ ਹੁੰਦਾ ਹੈ ਓਪਨ ਹੁੰਦਾ ਸਾਰਿਆਂ ਲਈ ਫ੍ਰੀ ਹੁੰਦਾ ਆਪਾਂ ਪੜਿਆ ਸੀ ਕੱਲ ਠੀਕ ਹੈ ਜੀ ਕੱਲ ਵਾਲੀ ਕਲਾਸ ਜਿਹਨੇ ਨਹੀਂ ਦੇਖੀ ਉਹ ਕੱਲ ਦੇਖ ਸਕਦੇ ਹੋ ਜਾ ਕੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦੇ ਦਿੱਤਾ ਉਹਦਾ ਠੀਕ ਹੈ ਜੀ ਉਹ ਜਾ ਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਹੀ ਫਿਰ ਆਪਾਂ ਨੂੰ ਐਮਸੀਕਿਊਸ ਕਰਨ ਦਾ ਫਾਇਦਾ ਠੀਕ ਹੈ ਜੀ ਲక్ష్ਮੀ ਨਾਰਾਇਣ ਇੰਟਰਨੈਸ਼ਨਲ ਅਵਾਰਡ ਕਿਹਨੂੰ ਦਿੱਤਾ ਗਿਆ ਹੈ ਤਾਂ ਇਹ ਦਿੱਤਾ ਗਿਆ ਜੀ ਪਿਆਰੇ ਲਾਲ ਸ਼ਰਮਾ ਨੂੰ 뮤ਜ਼ਿਕ ਕੰਪੋਜ਼ਰ ਹੈ ਐਲ ਸੁਬਰਾਮਨੀਅਮ ਕੌਣ ਹੈ ਐਲ ਸੁਬਰਾਮਨੀਅਮ ਐਕਚੁਅਲੀ ਕੌਣ ਸੀ ਜਿਨ੍ਹਾਂ ਨੇ ਦਿੱਤਾ ਇਹ ਅਵਾਰਡ ਐਲ ਸੁਬਰਾਮਨੀਅਮ ਜਿਨ੍ਹਾਂ ਨੇ ਇਹਨਾਂ ਦੇ ਆਪਣੀ ਫਾਦਰ ਦੀ ਯਾਦ ਦੇ ਵਿੱਚ ਜਿਹੜਾ ਸਟੈਬਲਿਸ਼ ਕੀਤਾ ਸੀ 1992 ਦੇ ਵਿੱਚ ਇਹ ਅਵਾਰਡ ਦੇਣਾ ਸਟਾਰਟ ਕੀਤਾ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਦਿੱਤਾ ਜਾ ਚੁੱਕਿਆ ਠੀਕ ਹੈ ਜੀ ਐਲ ਸੁਬਰਾਮਨੀਅਮ ਨੇ ਚਲੋ ਜੀ ਬੀਨਾ ਮੋਦੀ ਕੌਣ ਹੈ ਬੀਨਾ ਮੋਦੀ ਇਹ ਵਮਨ ਹੈ ਬਿਜ਼ਨਸ ewomen ਆਫ ਦਾ ਈਅਰ ਜਿਹੜਾ ਅਵਾਰਡ ਇਹਨੂੰ ਮਿਲਿਆ ਹੈਗਾ ਇੱਕ ਮਿੰਟ ਰਕੋ ਬਿਜ਼ਨਸ ewomen ਆਫ ਦਾ ਈਅਰ ਉਹ ਆ ਜਿਹੜਾ ਮਿਲਿਆ ਹੈਗਾ ਇਹਨਾਂ ਨੂੰ ਬਹੁਤ ਇੰਪੋਰਟੈਂਟ ਹੈ ਕੁਛ ਪੱਕਾ ਇਹ ਪਿਆ ਕੁਐਸਚਨਸ ਜੀ ਬਿਜ਼ਨਸ ewomen ਆਫ ਦਾ ਈਅਰ ਠੀਕ ਹੈ ਜੀ ਬੀਨਾ ਮੋਦੀ ਨੂੰ ਮਿਲਿਆ ਐਲਕੇ ਅਡਵਾਨੀ ਕਿਉਂ ਨਿਊਜ਼ ਸੀਗੇ ਆਪਾਂ ਨੇ ਦੇਖਿਆ ਹੀ ਹੈ ਭਾਰਤ ਰਤਨ ਲਈ ਜਿਹੜਾ ਇਹਨਾਂ ਨੂੰ ਅਨਾਉਂਸ ਕੀਤਾ ਗਿਆ ਭਾਰਤ ਰਤਨ ਮਿਲਣਾ ਹੈ ਨਾ ਅੱਗੇ ਜੀ ਵਿਚ ਪਲੇਸ ਇਸ ਕਾਲਡ ਐਸ ਪੀਕ ਆਫ ਯਰ ਪੀਕ ਆਫ ਯੂਰਪ ਇਹ ਆਪਾਂ ਕੱਲ ਪੜਿਆ ਸੀਗਾ ਜਦੋਂ ਆਪਾਂ ਨੀਰੇਸ਼ ਸ਼ਰਮਾ ਬਾਰੇ ਪੜ ਰਹੇ ਸੀਗੇ ਨੀਰੇਸ਼ ਸ਼ਰਮਾ ਦਾ ਪਲੇਕ ਲਗਾਇਆ ਗਿਆ ਠੀਕ ਹੈ ਜੀ ਆ ਕਿੱਥੇ ਲਗਾਇਆ ਗਿਆ ਉਹ ਲਗਾਇਆ ਗਿਆ ਜான் ਫਰੋ ਦੇ ਵਿੱਚ ਜான் ਫਰੋ ਕੀ ਹੈ ਇੱਕ ਜਗ੍ਹਾ ਹੈ ਸਵਿਟਜ਼ਰਲੈਂਡ ਦੇ ਵਿੱਚ ਜਿੱਥੇ ਉਹਨਾਂ ਦਾ ਜਿਹੜਾ ਪਲੇਕ ਲਗਾਇਆ ਗਿਆ ਮੈਟਲ ਦਾ ਪਲੇਕ ਠੀਕ ਹੈ ਜੀ ਹੁਣ ਪੀਕ ਆਫ ਯੂਰਪ ਪੀਕ ਆਫ ਯੂਰਪ ਵੀ ਆਪਾਂ ਪੜਿਆ ਸੀਗਾ ਪੀਕ ਆਫ ਯੂਰਪ ਇਹਨੂੰ ਕਹਿੰਦੇ ਆ ਜான் ਫਰਾਸ ਸਿਟੀ ਹੈ ਜਿਹੜਾ ਇਸੇ ਨੂੰ ਹੀ ਕਹਿੰਦੇ ਆ ਬਹੁਤ ਬਿਊਟੀਫੁਲ ਸਿਟੀ ਇਹਦੀਆਂ ਫੋਟੋਸ ਕੋਲ ਕੇ ਦੇਖਿਓ ਜான் ਫਰਾਸ ਰਾਈਟ ਹੁਣ ਜੇ ਤਾਂ ਪੁੱਛਿਆ ਗਿਆ ਹਾਈਐਸਟ ਪੀਕ ਆਫ ਯੂਰਪ ਹਾਈਐਸਟ ਪੀਕ ਆਫ ਯੂਰਪ ਤੇ ਇਹਦਾ ਮਤਲਬ ਆਪਾਂ ਗੱਲ ਕਰ ਰਹੇ ਆ ਸਾਰ ਨਾਲ ਉੱਚੀ ਚੋਟੀ ਦੀ ਤਾਂ ਉਹ ਕਿਹੜੀ ਹੈ ਮਾਉਂਟ ਐਲਬਰਸ ਮਾਉਂਟ ਐਲਬਰਸ ਇਜ਼ ਦਾ ਹਾਈਐਸਟ ਪੀਕ ਆਫ ਯੂਰਪ ਠੀਕ ਹੈ ਜੀ ਜਨੇਵਾ ਜਨੇਵਾ ਕੀ ਹੈ ਜਨੇਵਾ ਤਾਂ ਸਵਿਟਜ਼ਰਲੈਂਡ ਦਾ ਸਿਟੀ ਹੈ ਠੀਕ ਹੈ ਜੀ ਸਵਿਟਜ਼ਰਲੈਂਡ ਦੀ ਦਾ ਸਿਟੀ ਹੈ ਸਵਿਟਜ਼ਰਲੈਂਡ ਦਾ ਠੀਕ ਹੈ ਜੀ ਪ੍ਰੇਗ ਪ੍ਰੇਗ ਸਿਟੀ ਹੈ ਚੈੱਕ ਰਿਪਬਲਿਕ ਦਾ ਚੈੱਕ ਰਿਪਬਲਿਕ ਦਾ ਜਿਹੜਾ ਸਿਟੀ ਹੈ ਤੇ ਇਹਨੂੰ ਇੱਕ ਟਾਈਟਲ ਵੀ ਮਿਲਿਆ ਇਹਨੂੰ ਕਹਿੰਦੇ ਆ ਹਾਰਟ ਆਫ ਯੂਰਪ ਹਾਰਟ ਆਫ ਯੂਰਪ ਹਾਰਟ ਆਫ ਯੂਰਪ ਇਹਨੂੰ ਕਹਿੰਦੇ ਆ ਜਾਂ ਇਹਨੂੰ ਗੋਲਡਨ ਸਿਟੀ ਵੀ ਕਹਿ ਦਿੰਦੇ ਆ ਠੀਕ ਹੈ ਜੀ ਹਾਰਟ ਆਫ ਯੂਰਪ ਆ ਗਿਆ ਜਾਂ ਗੋਲਡਨ ਸਿਟੀ ਆ ਗਿਆ ਆਫ ਦਾ ਵਰਲਡ ਤਪ੍ਰੇਗ ਚੈੱਕ ਰਿਪਬਲਿਕ ਦੀ ਕੈਪੀਟਲ ਹੈ ਜੀ ਇਹ ਠੀਕ ਹੈ ਜੀ ਨੈਕਸਟ ਵੇਅਰ ਇਜ਼ ਦਾ ਸੈਵਨਥ ਓਸ਼ੀਅਨ ਕਾਨਫਰੰਸ ਹੈਲਡ ਸੈਵਨਥ ਓਸ਼ੀਅਨ ਕਾਨਫਰੰਸ ਕਿੱਥੇ ਹੋਈ ਹੈ ਆਸਟ੍ਰੇਲੀਆ ਚ ਹੋਈ ਹੈ ਜੀ ਸਿੰਪਲੀ ਆ ਕੱਲ ਆਪਾਂ ਪੜਿਆ ਸੀ ਆਸਟ੍ਰੇਲੀਆ ਦੇ ਵਿੱਚ ਹੋਈ ਹੈ ਜੀ ਤੇ ਇੱਥੇ ਇੰਡੀਆ ਦੀ ਤਰਫੋਂ ਐਸ ਜੈ ਸ਼ੰਕਰ ਗਏ ਸੀ ਜੀ ਐਸ ਜੈ ਸ਼ੰਕਰ ਕੌਣ ਹੈ इंडिया आ, कौन है जी फॉरेन कौन है फॉरेन सेक्रेटरी है या फॉरेन मिनिस्टर है जी चलो दसेओ ਤੁਸੀਂ ਦੱਸਣਾ ਐਸ ਜੈ ਸ਼ੰਕਰ ਕੌਣ ਨੇ ਠੀਕ ਹੈ ਜੀ ਕਮੈਂਟ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਜੀ ਅੱਗੇ ਚੱਲਦੇ ਹਾਂ ਵੈਨ ਦਾ ਵਰਲਡ ਪਲਸਸ ਡੇ ਇਜ਼ ਸੈਲੀਬ੍ਰੇਟਡ ਕਦੋਂ ਵਰਲਡ ਪਲਸਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਕੱਲ ਆਪਾਂ ਪੜ੍ਹਿਆ ਸੀ ਕਦੋਂ ਕੀਤਾ ਜਾਂਦਾ ਜੀ 10th ਆਫ ਫੈਬਰੂਰੀ ਨੂੰ ਨੈਕਸਟ Google rebrand its chatbot as Google ne chatbot nu rebrand kita ji rebrand karke oda ki naam rakha gaya oda naam rakha gaya Gemini Gemini rakha gaya ji kal de one liner de vich appa padhya si te purana naam ki si ga oh si ga Bard Bard ton change karke Gemini bana ditta gaya ChatGPT appan nu pata hi hai ki hai eh OpenAI da software hai theek hai ji ChatGPT bahut news de vich hai ओपन एआई ने डेवलप ਕੀਤਾ ਹੋਇਆ ਅਗਲਾ ਹੂ ਹੈਜ਼ ਬੀਨ ਨੇਮਡ ਐਸ ਐਮ ਡੀ ਐਂਡ ਸੀਓ ਆਫ एलआईसी ਮਿਊਚੁਅਲ ਫੰਡ एलआईसी ਮਿਊਚੁਅਲ ਫੰਡ ਦੇ ਐਸ ਐਮ ਡੀ ਐਂਡ ਸੀਓ ਕਿਹਨੂੰ ਬਣਾਇਆ ਗਿਆ ਹੈ ਲੋ ਜੀ ਰਵੀ ਕੁਮਾਰ ਝਾ ਨੂੰ ਬਣਾਇਆ ਗਿਆ ਹੈ ਠੀਕ ਹੈ ਜੀ ਐਸ ਸੁਖੂ ਸੁਖਵਿੰਦਰ ਸਿੰਘ ਸੁਖੂ ਕੌਣ ਨੇ ਜੀ ਹਿਮਾਚਲ ਪ੍ਰਦੇਸ਼ ਦੇ ਸੀਐਮ ਹੈ ਜੀ ਵੈਂਕਟਚਲਮ ਐਚ टाटा एआई म्यूचुअल फंड ਦਾ ਕੀ ਬਣਾਇਆ ਗਿਆ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ टाटा एआई म्यूचुअल फंड ਦਾ ਚੇਅਰਮੈਨ ਬਣਾਇਆ ਗਿਆ ਵਿਸ਼ਨੂ ਦੇਵ ਸਾਈ ਛਤੀਸਗੜ ਦੇ सीएम ਬਣਾਇਆ ਗਿਆ ਜੀ ਛਤੀਸਗੜ ਦੇ सीएम ਬਣਾਇਆ ਗਿਆ ਠੀਕ ਹੈ ਜੀ ਸੋ थैंक यू जी सो दिस वाज ऑल अबाउट टुडेस क्लास 11 ਫਰਵਰੀ ਕਲਾਸ ਆਪਣੀ ਕੰਪਲੀਟ ਹੋ ਗਈ ਹੈ ਜੀ ਕਲਾਸ ਵਧੀਆ ਲੱਗੀ ਤਾਂ ਸ਼ੇਅਰ ਕਰੋ ਜ਼ਰੂਰ ਠੀਕ ਹੈ ਜੀ ਆ ਲਾਈਕ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਪਣੇ ਯਾਰਾਂ ਮਿੱਤਰਾਂ ਨਾਲ ਠੀਕ ਹੈ ਜੀ ਤਾਂ ਜੇ ਇਸੇ ਕਲਾਸ ਦੀ ਪੀਡੀਐਫ ਕਿਸੇ ਨੇ ਲੈਣੀ ਹੈ ਤਾਂ ਤੁਸੀਂ ਮੇਰਾ ਜਿਹੜਾ ਟੈਲੀਗ੍ਰam ਗਰੁੱਪ ਜੁਆਇਨ ਕਰ ਸਕਦੇ ਹੋ ਉਹਦੀ ਮੈਂ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਸੋ ਮਿਲਦੇ ਹਾਂ ਜੀ ਅਗਲੀ ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ